ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਸੀਂ ਦੇਖ ਰਹੇ ਹੋ ਨਗਾਰਾ ਟੀਵੀ ਕੈਨੇਡਾ ਤੇ ਅੱਜ ਅਸੀਂ ਤੁਹਾਡੇ ਰੂਬਰੂ ਅੰਮ੍ਰਿਤਸਰ ਦੇ ਦਾ ਕਾਰਪੋਰੇਟ ਹਸਪੀਟਲ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਏ ਹਾਂ, ਜਿੱਥੇ ਡਾਕਟਰ ਜਤਿੰਦਰ ਮਲਹੋਤਰਾ ਜੀ ਦੀ ਅਗਵਾਈ ਹੇਠ ਕਾਫੀ ਸਾਲਾਂ ਤੋਂ ਖੂਨਦਾਨ ਕੈਂਪ ਲੱਗ ਰਹੇ ਨੇ ਔਰ ਬਹੁਤ ਹੀ ਵਧੀਆ ਇਹਨਾਂ ਦਾ ਉਪਰਾਲਾ ਹੈ ਕਿ ਲੋਕ ਸੇਵਾ ਵੀ ਕਰ ਰਹੇ ਨੇ ਔਰ ਲੋਕਾਂ ਨੂੰ ਨਵੀਂ ਜ਼ਿੰਦਗੀ ਵੀ ਦੇ ਰਹੇ ਨੇ। ਔਰ ਕੁਛ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਅੱਜ ਖੂਨ ਦੇਣ ਵਾਸਤੇ ਹੋਸਪਿਟਲ ਦੇ ਵਿੱਚ ਤੇ ਉਹ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਇੱਥੋਂ ਦੇ ਇੱਕ ਨੌਜਵਾਨ ਆ ਜਿਹੜੇ ਕਿ ਖੂਨ ਦੇਣ ਵਾਸਤੇ ਅੱਜ ਦਾ ਕਾਰਪੋਰੇਟ ਹੋਸਪਿਟਲ ਦੇ ਵਿੱਚ ਇੱਥੇ ਆਏ ਨੇ। ਸਤਿ ਸ਼੍ਰੀ ਅਕਾਲ ਜੀ ਸਰ, ਕੀ ਨਾਮ ਜੀ ਤੁਹਾਡਾ? ਏਕਮ ਜੀ, ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਜੀ। ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਇਹਦਾ ਕਿ ਖੂਨਦਾਨ ਕੈਂਪ ਲੱਗਾ? ਸਰ ਮੈਂ ਹਸਪੀਟਲ ਵਿੱਚ ਜੋਬ ਕਰਦਾ ਹਾਂ। ਠੀਕ ਹੈ ਜੀ। ਮੈਂ ਐਂਬੂਲੈਂਸ ਡਰਾਈਵਰ ਹਾਂ। ਚਲੋ ਜੀ, ਹਰ ਸਾਲ ਸਾਡੇ ਹਸਪੀਟਲ ਵਿੱਚ ਕੈਂਪ ਲੱਗਦਾ ਹੁੰਦਾ। ਬਹੁਤ ਵਧੀਆ ਕੰਮ ਹੈ ਕਿ ਬਹੁਤ ਵਧੀਆ ਚੱਲ ਰਿਹਾ। ਕਿੰਨੇ ਸਾਲਾਂ ਤੋਂ ਲੱਗ ਰਿਹਾ ਇਹ? ਕਾਫੀ 3-4 ਸਾਲਾਂ ਤੋਂ। ਤੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਇਹ ਅੱਜ ਜਿਹੜਾ ਖੂਨ ਦੇ ਕੇ? ਬਹੁਤ ਵਧੀਆ ਲੱਗ ਰਿਹਾ ਸਰ। ਤੁਹਾਨੂੰ ਕੀ ਲੱਗਦਾ ਜਿਹੜਾ ਤੁਸੀਂ ਖੂਨ ਦਾ ਖੂਨ ਦਿੰਦੇ ਹੋ ਇਹ ਵਧੀਆ ਲੋਕਾਂ ਦੇ ਵਿੱਚ ਜਦੋਂ ਨਾੜੀਆਂ ਦੇ ਵਿੱਚ ਜਾਂਦਾ? ਸਰ ਵਧੀਆ, ਲੋੜਵੰਦ ਹੋਵੇ ਕਿਵੇਂ ਕੰਮ ਆ ਜਾਂਦਾ ਜੀ ਖੂਨ ਦੇਣਾ। ਇਹ ਬਹੁਤ ਖੂਨ ਦਾਨ ਕਰੋ, ਇਹ ਬਹੁਤ ਵਧੀਆ ਕਰਦੇ ਨੇ ਸਾਰੇ ਵਾਸਤੇ, ਆਪਣੇ ਵਾਸਤੇ, ਹਰ ਵਾਸਤੇ ਬਹੁਤ ਵਧੀਆ। ਇਸ ਤਰ੍ਹਾਂ ਹੀ ਸਾਡੇ ਹੋਰ ਇੱਥੇ ਮਾਨਯੋਗ ਸਾਡੇ ਖੜੇ ਨੇ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ ਜੀ? ਤੇ ਸਰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇਸ ਸਾਲ? ਸਾਡੇ ਜੀ ਤੌਰ 'ਤੇ ਬਹੁਤ ਵਧੀਆ ਲੱਗ ਰਿਹਾ ਜੀ। ਅਤੇ ਕੋਈ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ? ਮੈਂ ਤਾਂ ਇੱਕ ਹੀ ਮੈਸੇਜ ਦੇਣਾ ਚਾਹੁੰਦਾ, ਬੀ ਗੁੱਡ, ਡੂ ਗੁੱਡ, ਬੀ ਵਨ, ਬੀ ਹਿਊਮਨਿਟੀ। ਸਾਨੂੰ ਇਨਸਾਨ ਬਣਨਾ ਚਾਹੀਦਾ ਆ ਅਤੇ ਖੂਨਦਾਨ ਕਰਨਾ ਚਾਹੀਦਾ। ਖੂਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਿਰਫ ਇਨਸਾਨ ਹੀ ਦੇ ਸਕਦਾ ਆ। ਜਦੋਂ ਤੁਸੀਂ 1 ਯੂਨਿਟ ਖੂਨ ਦਾਨ ਕਰਦੇ ਹੋ ਤਾਂ ਤੁਸੀਂ ਡਾਇਰੈਕਟਲੀ 3 ਜ਼ਿੰਦਗੀਆਂ ਬਚਾਉਂਦੇ ਹੋ। ਇਟ ਮੀਨਸ 1 ਬੰਦਾ 3 ਜ਼ਿੰਦਗੀਆਂ ਬਚਾ ਗਿਆ ਔਰ ਹਰ 3 ਮਹੀਨੇ ਬਾਅਦ ਤੁਸੀਂ ਖੂਨਦਾਨ ਕਰ ਸਕਦੇ ਹੋ। ਸੋ ਆਈ ਸੇਵ ਆਲ ਪਬਲਿਕ ਟੂ ਹੰਬਲ ਰਿਕੁਐਸਟ, ਡੋਨੇਟ ਬਲੱਡ ਐਂਡ ਸੇਵ ਲਾਈਫ। ਕੋਈ ਹਸਪੀਟਲ ਬਾਰੇ ਕੋਈ ਐਪਰੀਸ਼ੀਏਟ ਕਰਨਾ ਚਾਹੋਗੇ? ਸਰ ਇਹ ਹਰ ਸਾਲ ਹੀ ਕੈਂਪ ਲਗਾਉਂਦੇ ਨੇ। ਕੈਂਪ ਤੋਂ ਇਲਾਵਾ ਵੀ ਇਹਨਾਂ ਨੂੰ ਰਿਕੁਐਸਟ ਕਰਦੀ ਹੈ ਵੀ ਸਾਡੇ ਕੋਲ ਬਲੱਡ ਦੀ ਕਮੀ ਹੈ, ਸਾਨੂੰ ਬੰਦੇ ਵੀ ਦਿੰਦੇ ਆ ਬਲੱਡ ਵਾਸਤੇ। ਔਰ ਡਾਕਟਰ ਜਤਿੰਦਰ ਮਹੋਤਰਾ ਜੀ, ਡਾਕਟਰ ਜੀ ਐਸ ਚਾਹਲ ਜੀ ਅਤੇ ਇਹਨਾਂ ਦਾ ਸਮੂਹ ਸਟਾਫ, ਵੀ ਆਰ ਆਲ ਵੈਰੀ ਗੁੱਡ ਪਰਸਨ ਐਂਡ ਵੈਰੀ ਹੰਬਲ ਪਰਸਨ। ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ ਉਹਨਾਂ ਵਾਸਤੇ ਕੋਈ ਮੈਸੇਜ? ਸਰ ਮੈਸੇਜ ਇਹੋ ਜਿਹਾ ਵੀ ਅਗਰ ਤੁਸੀਂ ਖੂਨਦਾਨ ਕਰਦੇ ਹੋ ਨਾ ਤਾਂ ਤੁਹਾਨੂੰ ਨਸ਼ੇ ਵੱਲ ਧਿਆਨ ਹੀ ਨਹੀਂ ਜਾਏਗਾ। 3 ਮਹੀਨੇ ਬਾਅਦ ਖੂਨਦਾਨ ਕਰੋ, ਅਗਰ ਤੁਸੀਂ ਨਹੀਂ ਕਰਦੇ ਨਾ ਤਾਂ ਤੁਹਾਡੇ ਸੈੱਲ ਟੁੱਟ ਜਾਂਦੇ ਆ ਸੱਟ। ਸੋ ਖੂਨਦਾਨ ਕਰੋ, ਨਸ਼ਿਆਂ ਤੋਂ ਬਚੋ। ਸਾਡਾ ਪੰਜਾਬ ਬਹੁਤ ਬਰਬਾਦ ਹੋ ਰਿਹਾ ਆ ਔਰ ਸਾਰੀ ਪੋਲੀਟਿਕਸ ਦੀ ਚਾਲ ਹੈ ਅਤੇ ਪੋਲੀਟੀਸ਼ੀਅਨ ਹੈ। ਅਗਰ ਪੋਲੀਟਿਕਸ ਅਤੇ ਪੁਲਿਸ ਸਾਥ ਚਾਹੇ ਨਾ ਤਾਂ ਕਦੀ ਨਸ਼ਾ ਨਹੀਂ ਮਿਲ ਸਕਦਾ। ਇਹ ਨਹੀਂ ਚਾਹੁੰਦੇ ਪੰਜਾਬ ਦੀ ਨੌਜਵਾਨੀ ਅੱਗੇ ਆਵੇ। ਨੌਜਵਾਨੀ ਅੱਗੇ ਆਏਗੀ ਤਾਂ ਇਹਨਾਂ ਨੂੰ ਕੁਐਸਚਨ ਕਰੇਗੀ। ਸੋ ਇਹ ਨਹੀਂ ਚਾਹੁੰਦੇ ਸਾਨੂੰ ਕੋਈ ਕੁਐਸਚਨ ਕਰੇ। ਇਸ ਕਰਕੇ ਅਸੀਂ ਨਸ਼ਿਆਂ ਵੱਲ ਜਾ ਰਹੇ ਨੇ, ਸਾਨੂੰ ਕੋਈ ਗਾਈਡ ਨਹੀਂ ਕਰ ਰਿਹਾ। ਅਗਰ ਗਾਈਡ ਕਰਨ ਵਾਲਾ ਹੋਵੇ, ਅੱਛੇ ਇਨਸਾਨ ਹੋਣ, ਪੋਲੀਟਿਕਸ ਅੱਛੀ ਹੋਣ, ਅੱਛੇ ਸੰਸਕਾਰ ਲਓ, ਆਪਣੇ ਮਾਂ ਪਿਓ ਨੂੰ ਸਵੇਰੇ ਪੜ੍ਹਦੀ ਪੜ੍ਹਾ ਕਰੋ, ਗੁਰਦੁਆਰੇ ਜਾਓ, ਮੰਦਰ ਜਾਓ, ਕਿ ਤੁਸੀਂ ਨਸ਼ਿਆਂ ਵੱਲ ਨਹੀਂ ਜਾਓ। ਵਿਹਲਾ ਮਨ ਸ਼ਤਾਨ ਦਾ ਕਰ, ਜੋਬ ਹੈ ਨਹੀਂ, ਕੋਈ ਕੰਮ ਨਹੀਂ ਕਰਦੇ, ਅਸੀਂ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਤਾਂ ਅਸੀਂ ਨਸ਼ਿਆਂ ਵੱਲ ਜਾਵਾਂਗੇ। ਸੋ ਬਿਜ਼ੀ ਰੱਖੋ ਆਪਣੇ ਆਪ ਨੂੰ, ਕੰਮ ਕੋਈ ਛੋਟਾ ਨਹੀਂ ਹੁੰਦਾ, ਕੰਮ ਕਰੋ। ਬਟਾਲਾ ਰੋਡ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਵਿੱਚ ਇਹ ਹੋਸਪਿਟਲ ਹੈ ਦਾ ਕਾਰਪੋਰੇਟ ਹੋਸਪਿਟਲ ਅੰਮ੍ਰਿਤਸਰ ਦੇ ਬਟਾਲਾ ਰੋਡ ਵਿੱਚ ਔਰ ਬਹੁਤ ਹੀ ਵਧੀਆ, ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਵੱਲੋਂ ਕਮੈਂਟ ਦੇਖ ਰਹੇ ਹੋ ਕਿ ਬੜੇ ਹੀ ਅੱਛੇ ਇਨਸਾਨ ਨੇ ਔਰ ਵਧੀਆ ਸੋਚ ਰੱਖਣ ਵਾਲੇ ਇਹ ਡਾਕਟਰ ਨੇ, ਲੋਕ ਸੇਵਾ ਵੀ ਕਰ ਰਹੇ ਨੇ। ਔਰ ਜਦੋਂ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਐਸੇ ਉਪਰਾਲੇ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਤਾਂ ਨੌਜਵਾਨਾਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਜਿਹੜੇ ਆ ਕਰਦੇ ਰਹਿਣ, ਖੂਨਦਾਨ ਦਿੰਦੇ ਰਹਿਣ ਤਾਂ ਕਿ ਲੋਕਾਂ ਦੀਆਂ ਇਹਨਾਂ ਖੂਨਾਂ ਦੇ ਨਾਲ ਜ਼ਿੰਦਗੀ। ਬੜਾ ਵਧੀਆ ਲੱਗ ਰਿਹਾ ਜੀ, ਮੈਂ 13 ਵਾਰ ਖੂਨਦਾਨ ਕਰ ਚੁੱਕਾ ਜੀ। ਠੀਕ ਹੈ ਜੀ। ਹਾਂਜੀ, ਮੈਨੂੰ ਬਹੁਤ ਵਧੀਆ ਲੱਗ ਰਿਹਾ। ਪਿਛਲੇ ਸਾਲ ਵੀ ਮੈਂ ਇੱਥੇ ਸੀਗਾ ਅਤੇ ਪਿਛਲੇ ਸਾਲ ਵੀ ਕੀਤਾ ਜੀ ਖੂਨਦਾਨ। ਤੁਹਾਨੂੰ ਲੱਗਦਾ ਕਿ ਜਿਹੜਾ ਤੁਸੀਂ ਖੂਨਦਾਨ ਕਰਦੇ ਹੋ ਸਹੀ ਜਗ੍ਹਾ 'ਤੇ ਉਹ ਇਸਤੇਮਾਲ ਹੁੰਦਾ ਜੀ? ਬਿਲਕੁਲ ਜੀ। ਕਿੰਨਾ ਮਤਲਬ ਕਿ ਤੁਹਾਨੂੰ ਖੁਸ਼ੀ ਕਿੰਨੀ ਹੁੰਦੀ? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜੀ। ਮੈਂ ਹਰ ਇੱਕ ਨੌਜਵਾਨ ਨੂੰ ਇਹੋ ਕਹੂੰਗਾ ਕਿ ਖੂਨਦਾਨ ਕਰੋ ਜਿੰਨਾ ਵੀ ਹੋ ਸਕੇ ਅਤੇ ਨਸ਼ਾ ਤੋਂ ਦੂਰ ਰਹੋ। ਖੂਨਦਾਨ ਕਰਨ ਦੇ ਨਾਲ ਸਰੀਰ ਦਾ ਜਿਹੜਾ ਬਾਕੀ ਸਿਸਟਮ ਹੈ ਉਹ ਕਿਸ ਤਰ੍ਹਾਂ ਦਾ ਰਹਿੰਦਾ? ਜਦੋਂ ਬਿਲਕੁਲ ਠੀਕ ਰਹਿੰਦਾ, ਕੋਈ ਨਹੀਂ ਹੈ, ਲੋਕਾਂ ਦੀ ਇੱਕ ਗਲਤ ਸੋਚ ਹੈ ਵੀ ਕੁਛ ਨਹੀਂ ਹੁੰਦਾ ਖੂਨ ਦੇ। ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਜਤਿੰਦਰ ਅਤੇ ਕਾਰਪੋਰੇਟ ਹੋਸਪਿਟਲ ਦੇ ਸਾਰੀ ਟੀਮ ਨੂੰ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਇਨੀਸ਼ੀਏਟਿਵ ਲਿਆ। ਅੱਜ ਸੰਡੇ ਨੂੰ ਉਹਨਾਂ ਨੇ ਇੱਕ ਬਲੱਡ ਬੈਂਕ ਕੈਂਪ ਦੀ ਯੋਜਨਾ ਕੀਤੀ ਅਤੇ ਬਹੁਤ ਹੀ ਜ਼ਿਆਦਾ ਉਤਸਾਹ ਅਤੇ
ਵਧੀਆ ਤਰੀਕੇ ਨਾਲ ਕੈਂਪ ਚੱਲ ਰਿਹਾ। ਬਹੁਤ ਸਾਰੇ ਲੋਕ ਇੱਥੇ ਬਲੱਡ ਦੇਣ ਨੂੰ ਬਹੁਤ ਜ਼ਿਆਦਾ ਇਨਕਰੇਜ ਨੇ, ਅਤੇ ਮੈਂ ਇਹਨਾਂ ਨੂੰ ਦੱਸਣਾ ਚਾਹਾਂਗੀ ਕਿ ਇਹਨਾਂ ਦੀ ਇੱਕ ਯੂਨਿਟ ਜਿਹੜਾ ਇੱਕ ਕੋਕ ਦੀ ਬੋਟਲ ਜਿੰਨਾ ਹੀ ਬਲੱਡ ਹੁੰਦਾ, 350 ml ਬਲੱਡ, ਇਹ ਬਲੱਡ ਤੋਂ ਰੈੱਡ ਬਲੱਡ ਸੈਲਸ, ਪਲੇਟਲੈਟਸ ਅਤੇ ਪਲਾਜ਼ਮਾ ਬਣਦੇ ਆ। ਇਹਦੇ ਨਾਲ ਤਿੰਨ ਬੰਦਿਆਂ ਦੀਆਂ ਜ਼ਿੰਦਗੀ ਨੂੰ ਫਰਕ ਪੈਂਦਾ, ਅਤੇ ਇਸ ਲਈ ਸਾਰਿਆਂ ਨੂੰ ਬਲੱਡ ਜ਼ਰੂਰ ਦੇਣਾ ਚਾਹੀਦਾ। ਅਤੇ ਅਸੀਂ ਇਹਨਾਂ ਨੂੰ ਬਲੱਡ ਦੇਣ ਤੋਂ ਬਾਅਦ ਰਿਫਰੈਸ਼ਮੈਂਟ ਦਿੰਦੇ ਹਾਂ, ਇੱਕ ਫਰੂਟੀ ਸੈਂਡਵਿਚ, ਕੋਈ ਫਲ ਦਿੰਦੇ ਹਾਂ, ਅਤੇ ਇਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ ਕਿ ਪੂਰਾ ਦਿਨ ਕਾਫੀ ਜ਼ਿਆਦਾ ਮਾਤਰਾ 'ਚ ਲਿਕੁਇਡ ਡਾਇਟ ਜਿੱਦਾਂ ਕਿ ਜੂਸ, ਦੁੱਧ ਵਗੈਰਾ ਪੀਤਾ ਜਾਏ। ਇਸ ਹਸਪੀਟਲ ਦੇ ਵਿੱਚ ਖੂਨਦਾਨ ਹੀ ਨਹੀਂ, ਹੋਰ ਵੀ ਮੈਡੀਕਲ ਕੈਂਪ ਲੱਗਦੇ ਰਹਿੰਦੇ ਨੇ। ਮੈਂ ਡਾਕਟਰ ਸਾਹਿਬ ਦੀ, ਡਾਕਟਰ ਜਤਿੰਦਰ ਮਲਹੋਤਰਾ ਜੀ ਦੀ ਆਪਣੇ ਆਪ ਦੀ ਦੋਸਤ ਨੇ, ਇਸ ਗੱਲ ਦੀ ਸ਼ਲਾਘਾ ਕਰਾਂਗਾ। ਚਾਹੇ ਗਰੀਬ ਕੋਈ ਮਰੀਜ਼ ਹੈ, ਚਾਹੇ ਕੋਈ ਹੋਰ ਸਮਾਜ ਦੇ ਵਿੱਚ ਕੋਈ ਨਹੀਂ ਦੇ ਪਾਉਂਦਾ, ਉਹਨਾਂ ਲਈ ਵੀ ਇਹ ਸਹਾਇਤਾ ਕਰਦੇ ਰਹਿੰਦੇ ਨੇ। ਸਾਡੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਦੇ ਮਦਦ ਨਾਲ ਬੀ ਜੀ ਜਗੀਰ ਕੌਰ ਜੀ ਵੀ ਪਹੁੰਚੇ ਨੇ, ਡਾਕਟਰ ਕਾਲ ਸਾਹਿਬ ਖੜ੍ਹੇ ਨੇ, ਗਰੀਬ ਜੀ ਸਾਡੇ ਕੌਂਸਲਰ ਵੀ ਇੱਥੇ ਖੜ੍ਹੇ ਨੇ, ਔਰ ਸਾਰਿਆਂ ਨੇ ਮਿਲ ਕੇ ਇਹ ਅੱਜ ਇਸ ਖੂਨਦਾਨ ਜਿਹੜਾ ਕੈਂਪ ਲੱਗਾ ਉਹਦੇ ਵਿੱਚ ਹਿੱਸਾ ਲਿਆ। ਮੈਂ ਸਾਰਿਆਂ ਨੂੰ ਕਹਾਂਗਾ ਕਿ ਜ਼ਰੂਰ ਜ਼ਿੰਦਗੀ ਦੇ ਵਿੱਚ ਦੋ ਚਾਰ ਵਾਰੀ ਖੂਨਦਾਨ ਅਪਣਾ ਜ਼ਰੂਰ ਦੇਵੋ। ਇਹਦੇ ਨਾਲ ਤੁਹਾਡੀ ਇੱਕ ਜ਼ਿੰਦਗੀ ਸ਼ਾਇਦ ਬਚ ਜਾਏ। ਬਹੁਤ ਬਹੁਤ ਧੰਨਵਾਦ ਜੀ। ਮੈਂ ਜਿਸ ਤਰ੍ਹਾਂ ਮੇਰੇ ਬੇਟੇ ਜੰਦੀ ਨੇ ਕਿਹਾ ਹੈ ਵੀ ਖੂਨਦਾਨ ਮਹਾਂਦਾਨ ਆ, ਅਤੇ ਖੂਨਦਾਨ ਦੇਣ ਦੇ ਨਾਲ ਜ਼ਿੰਦਗੀਆਂ ਬਚਦੀਆਂ। ਇੱਕ ਜ਼ਿੰਦਗੀ ਨਹੀਂ, ਜਿੰਨਾ ਅਸੀਂ ਜ਼ਿਆਦਾ ਪ੍ਰੋਵਾਈਡ ਕਰ ਸਕਾਂਗੇ ਉਨੀਆਂ ਜ਼ਿੰਦਗੀਆਂ ਬਚਦੀਆਂ। ਮੈਂ ਹੁਣੇ ਇੱਕ ਜਗ੍ਹਾ ਤੋਂ ਆਈ, ਉੱਥੇ ਕੰਨਿਆਦਾਨ ਸੀ ਕਿਹਾ, ਅਤੇ ਮੈਂ ਉੱਥੇ ਵੀ ਕਹਿ ਰਹੀ ਸੀ ਕਿ ਖੂਨਦਾਨ ਅਤੇ ਕੰਨਿਆਦਾਨ ਇੱਕ ਬਹੁਤ ਵਧੀਆ ਉਪਰਾਲਾ ਹੈ ਸਮਾਜ ਵੱਲੋਂ ਕੀਤਾ ਜਾ ਰਿਹਾ। ਬਾਕੀ ਇੱਥੇ ਡਾਕਟਰ ਚਾਹਲ ਨੇ, ਮੇਰਾ ਬੇਟਾ ਡਾਕਟਰ ਜਤਿੰਦਰ ਮਲਹੋਤਰਾ ਜੀ ਨੇ, ਇਹਨਾਂ ਨੇ ਹਮੇਸ਼ਾ ਹੀ ਉਪਰਾਲਾ ਕਰਦੇ ਰਹਿੰਦੇ ਆ, ਲਗਾਤਾਰ ਇੱਥੇ ਆ ਰਹੀ ਹਾਂ। ਇਹ ਖਾਲੀ ਖੂਨਦਾਨ ਨਹੀਂ ਕਰਦੇ, ਹੋਰ ਵੀ ਗਰੀਬ ਜਿਹੜਾ ਆਉਂਦਾ ਜਿਹਦੇ ਕੋਲ ਪੈਸੇ ਨਹੀਂ ਆ, ਆਰਥਿਕ ਪੱਖੋਂ ਕਮਜ਼ੋਰ ਹੈ, ਉਹਦੀ ਹਰ ਹੈਲਪ ਕਰਦੇ ਨੇ, ਚਾਹੇ ਦਵਾਈ ਦੀ ਹੈ ਚਾਹੇ ਡਾਕਟਰ ਦੀ ਹੈ। ਸੋ ਮੈਂ ਇਹਨਾਂ ਨੂੰ ਇਹੀ ਕਹੂੰਗੀ ਕਿ ਬੇਟਾ ਪਰਮਾਤਮਾ ਤੁਹਾਨੂੰ ਵਰ ਬਖਸ਼ੇ, ਅਤੇ ਤੁਸੀਂ ਗਰੀਬ ਦੀ ਅਤੇ ਲੋੜਵੰਦ ਦੀ ਸੇਵਾ ਕਰਦੇ। ਡਾਕਟਰ ਸਾਹਿਬ, ਅੱਜ ਇਹ ਜਿਹੜਾ ਪ੍ਰਯਾਸ ਹੈ ਕੀ ਹੈ ਜੀ, ਕਿੰਨੇ ਬਲੱਡ ਡੋਨੇਟ ਦਾ ਜਿਹੜਾ ਟੀਚਾ ਸੀ ਅਤੇ ਕੀ ਕਾਰਨ ਕੀ ਹੈ ਕਿ ਹਸਪਤਾਲ ਦੇ ਵਿੱਚ ਹੀ ਲਿਆ ਗਿਆ? ਟੀਚਾ ਮੇਰਾ ਇੱਕੋ ਹੀ ਸੀ, ਬਿਕੋਜ਼ ਸਾਡੇ ਕੋਲ ਆਯੁਸ਼ਮਾਨ ਦੇ ਬਹੁਤ ਸਾਰੇ ਕ੍ਰਿਟੀਕਲ ਪੇਸ਼ੈਂਟਸ ਆ ਰਹੇ ਹੈ ਅੰਮ੍ਰਿਤਸਰ 'ਚ, ਕੋਈ ਹੋਸਪਿਟਲ ਮੈਨੂੰ ਕਹਿਣਾ ਨਹੀਂ ਚਾਹੀਦਾ, ਲੇਕਿਨ ਵੀ ਅਸੀਂ ਹੋਸਪਿਟਲ 'ਚ ਇਨਕਰੀਜ਼ ਕਰਦੇ ਹਾਂ ਕੋਈ ਫੈਸਿਲਿਟੀ, ਅਸੀਂ ਉੱਥੇ ਬਲੱਡ ਬੈਂਕ ਲਗਾ, ਬਲੱਡ ਕੈਂਪ ਲਗਾ ਦਿੰਦੇ ਹਾਂ। ਪਾਰਟ 'ਤੇ ਚਲੋ ਕਰਾਉਣਾ ਬਹੁਤ ਚੰਗੀ ਗੱਲ ਹੈ, ਲੇਕਿਨ ਅਸੀਂ ਮੇਰਾ ਆਪਣਾ ਪਰਸਨਲ ਵਿਊ ਹੈ, ਜੇਕਰ ਉੱਥੇ ਬਲੱਡ ਕੈਂਪ ਲਗਾਇਆ ਜਾਏ ਤਾਂ ਉਹ ਹੋਰ ਜ਼ਿਆਦਾ ਵਧੀਆ ਰਹਿੰਦਾ ਕਿ ਅਗਰ ਅਸੀਂ ਇਸ ਫੈਸਿਲਿਟੀ ਨੂੰ ਇਨਕਰੀਜ਼ ਕੀਤਾ। ਇਹ ਬਲੱਡ ਫ੍ਰੀ ਆਫ ਕੋਸਟ ਦਿੱਤਾ, ਟੋਟਲ ਫ੍ਰੀ ਆਫ ਕੋਸਟ। ਸਰ ਕਿੰਨਵਾਂ ਹੈਗਾ ਬਲੱਡ ਇਹ? ਥਰਡ। ਕਿਸ ਤਰ੍ਹਾਂ ਦਾ ਲੋਕਾਂ ਵੱਲੋਂ, ਕਿਸ ਤਰ੍ਹਾਂ ਦਾ? ਅਸੀਂ ਆਲਮੋਸਟ ਹਰ ਸਾਲ ਲਗਾਉਂਦੇ ਹਾਂ, ਔਰ ਅੱਗੋਂ ਵੀ ਹਰ ਸਾਲ ਅਸੀਂ ਲੋਕਾਂ ਕੋਲ ਬਹੁਤ ਅੱਛਾ ਰਿਸਪੋਂਸ ਮਿਲਿਆ। ਲੋਕ ਬਹੁਤ ਸਾਰੇ ਪੇਸ਼ੈਂਟ ਸਾਡੇ ਆਪਣੇ ਸਟਾਫ ਮੈਂਬਰਸ ਵੀ ਬਹੁਤ ਸਾਰੇ ਬਲੱਡ ਦੇ ਰਹੇ ਆ, ਸਾਡੇ ਡਾਕਟਰਸ ਜਿਹੜੀਆਂ ਸਟਾਫ ਨਰਸ ਸੀ ਸਾਰੇ ਦੇ ਰਹੇ। ਕਿਸ ਤਰ੍ਹਾਂ ਦਾ? ਬਹੁਤ ਵਧੀਆ ਉਪਰਾਲਾ ਜੀ, ਔਰ ਸਮਾਜ ਦੇ ਵਿੱਚ ਜੇ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਉਹਦੇ ਲਈ ਸਾਨੂੰ ਬਲੱਡ ਡੋਨੇਟ ਕਰਨਾ ਚਾਹੀਦਾ। ਅੱਜ ਸਾਡੇ ਨੌਜਵਾਨਾਂ 'ਚ ਇੱਕ ਚੰਗੀ ਪ੍ਰਥਾ ਜਿਹੜੀ ਉਹ ਚੱਲ ਰਹੀ ਹੈ, ਔਰ ਉਸ ਨੂੰ ਅੱਜ ਉਸੇ ਹੀ ਇੱਕ ਰੀਤ ਨੂੰ ਅੱਜ ਕਾਰਪੋਰੇਟ ਹੋਸਪਿਟਲ ਨੇ ਅੱਗੇ ਵਧਾਇਆ। ਮੈਂ ਇਹਨਾਂ ਦੇ ਡਾਕਟਰ ਸਾਹਿਬਾਨਾਂ ਦਾ ਸਾਰੇ ਸਟਾਫ ਦਾ ਤਹਿ ਦਿਲੋਂ ਰਿਣੀ ਹੈ ਇਹਨਾਂ ਦੇ ਸਟਾਫ ਦੀ ਪ੍ਰਸ਼ੰਸਾ ਕਰਦਾ, ਔਰ ਮੈਂ ਇਹਨਾਂ ਨੂੰ ਆਪਣੇ ਵੱਲੋਂ ਸ਼ੁਭਕਾਮਨਾਵਾਂ ਦਿੰਦਾ, ਔਰ ਨਾਲ ਹੀ ਇਹ ਵੀ ਰਿਕੁਐਸਟ ਕਰਦਾ ਕਿ ਇਹੋ ਜਿਹੇ ਬਲੱਡ ਮੈਚਿੰਗ ਕੈਂਪ ਹੋਰ ਜਿੰਨਾ ਵੀ ਉਤਸ਼ਾਹਿਤ ਕੀਤਾ ਜਾਂਦਾ ਉਹ ਵੱਧ ਤੋਂ ਵੱਧ ਗਿਣਤੀ 'ਚ ਲੱਗਣੇ ਚਾਹੀਦੇ, ਕਿ ਬਲੱਡ ਦੇ ਨਾਲ ਅਸੀਂ ਜਿਹੜੀਆਂ ਬੇਸ਼ਕੀਮਤੀ ਜਾਨਾਂ ਉਹ ਬਚਾ ਸਕਦੇ।